ਮੰਡੀ ਵਰੀ ਵਾਲਾ ਬਲਾਕ ਦਾ ਮੀਤ ਪ੍ਰਧਾਨ। ਬਹੁਤ ਵੱਡੀ ਖੁਸ਼ੀ ਹੋਈ ਅੱਜ, ਮੀਂਹ ਪੈਣ ਨਾਲ ਬਹੁਤ ਨੁਕਸਾਨ ਸੀ ਲੋਕਾਂ ਦਾ, ਝੋਨੇ ਸੜੀ ਜਾਂਦੇ ਲੱਗੀ ਜਾਂਦੇ ਸੀ, ਪਰ ਅੱਜ ਕਿਸਾਨਾਂ ਦੇ ਅਤੇ ਮਜ਼ਦੂਰਾਂ ਦੇ ਸਾਰਿਆਂ ਦੇ ਚਿਹਰਿਆਂ 'ਤੇ ਨੂਰ ਆਇਆ ਵੀ ਠੰਡ ਹੋਣ ਨਾਲ ਛੁੱਟੀਆਂ ਮਨਾ ਰਹੇ ਸਾਰੇ। ਅਤੇ ਬਹੁਤ ਔਖਾ ਸੀਗਾ ਗਰਮੀ ਦੇ ਵਿੱਚ, ਝੋਨਾ ਲਾਉਣਾ ਵੀ ਔਖਾ ਸੀ, ਲਾਉਣ ਵਾਲਿਆਂ ਨੂੰ ਵੀ ਸਿਆਈ ਸੀ ਅਤੇ ਲਵਾਉਣ ਵਾਲਿਆਂ ਨੂੰ ਵੀ ਸਿਆਈ ਸੀ, ਬੜਾ ਨਹੀਂ ਕੰਮ। ਪਾਣੀਆਂ ਦਾ ਥੱਲੇ ਜਾਵੜੇ ਸੀ, ਬੋਰਾਂ ਦਾ ਬਹੁਤ ਔਖਾ ਸੀਗਾ, ਪਰ ਵੈਸੇ ਭਲਾਂ ਕਿੰਨੀ ਵੀ ਆਉਟ ਲੱਗੀ ਸੀ, ਪਰ ਬਿਜਲੀ ਬਹੁਤ ਜ਼ਿਆਦਾ ਆਉਂਦੀ ਰਹੀ ਆ, ਬਿਜਲੀ ਨੇ ਸਾਨੂੰ ਬਹੁਤ ਸਾਥ ਦਿੱਤਾ ਨਾਲ। ਕਿੰਨਾ ਕੁ ਜਿਹੜਾ ਫਾਇਦਾ ਕਿੰਨਾ ਕੁ ਹੋਊਗਾ ਕਿਸਾਨਾਂ ਨੂੰ, ਜਿਹੜਾ ਬਹੁਤ ਜ਼ਿਆਦਾ ਫਾਇਦਾ ਹੋਊਗਾ। ਇਹ ਇੱਕ ਹਿਸਾਬ ਦੀ ਰੇਹ ਪੈਗੀ ਅਤੇ ਦਿਨਾਂ ਦੇ ਵਿੱਚ ਹੁਣ ਝੋਨੇ ਮੱਕੜਾ ਮਾਰਨਗੇ ਅਤੇ ਲਾਉਣ ਵਾਲੇ ਝੋਨੇ ਵੀ ਛੇਤੀ ਲੱਗ ਜਾਣਗੇ। ਹੁਣ ਬਣਾਈ ਨਹੀਂ ਭਾਜੀ ਖਾਣਾ ਹੀ ਖਾਣਾ ਖਾਣਾ ਹੈ।